ਅੱਛਾ ਪਾਪਾ ਜੀ, ਤੁਸੀਂ ਵੀ ਮੁਸਲਮਾਨ, ਮੈਂ ਵੀ ਮੁਸਲਮਾਨ। ਥੋੜਾ ਕੁ ਮੈਨੂੰ ਦੱਸਿਆ ਜੀ, ਜਿਵੇਂ ਹੁਣ ਅਸੀਂ ਇੱਕ ਦੂਜਾ ਧੋਖਾ ਦਿੰਦੇ ਹਾਂ, ਕਰਨੀ ਤਾਂ ਨਹੀਂ ਚਾਹੀਦੀ, ਲੇਕਿਨ ਤੁਸੀਂ ਮੈਨੂੰ ਇਹ ਦੱਸੋ ਕਿ ਉਸ ਟਾਈਮ ਆਪਣੀ ਇਮਾਨਦਾਰੀ ਨੇ ਦੱਸਣਾ, ਅਸੀਂ ਮੁਸਲਮਾਨ, ਤੂੰ ਵੀ ਮੁਸਲਮਾਨ, ਮੈਂ ਵੀ ਮੁਸਲਮਾਨ। 47 ਤੋਂ ਪਹਿਲਾਂ ਅਸੀਂ ਅਕਸਰ ਹੀ ਵੀਡੀਓ ਬਾਬਿਆਂ ਨੂੰ ਪੁੱਛਦੇ ਹਾਂ, ਵੱਧ ਜਾਂਦੇ ਰਹਿੰਦੇ, ਸਿੱਖ ਬੜੇ ਚੰਗੇ, ਮੁਸਲਮਾਨ ਬੜੇ ਚੰਗੇ ਆ, ਕਿਵੇਂ ਚੰਗੇ ਆ, ਮੈਨੂੰ ਦੱਸੋ ਨਾ ਥੋੜ੍ਹਾ ਕੀ ਸੀ ਉਹਨਾਂ ਵਿੱਚ। ਕੋਈ ਚੰਗੇ ਤੁਹਾਨੂੰ ਜ਼ਮੀਨਾਂ ਉਹਨਾਂ ਦੀ ਸਿਰ ਨਹੀਂ ਖਿਲਾਉਂਦੇ ਤੁਹਾਡੇ, ਚੰਗੇ ਕਿਹਾ ਉਹਨਾਂ ਫਿਰ ਰੱਖ ਲਈਏ, ਉਹ ਤੁਹਾਡੇ ਕੋਲ ਹਿੱਸਾ ਜਿਹੜਾ ਉਹ ਅਸੀਂ ਦਿੰਦੇ ਹਾਂ ਉਹਨਾਂ ਭਾਈ ਪਿਓ ਜੀ, ਉਹ ਵੀ ਲੈਂਦੇ ਫਿਰ ਉਹ ਚੰਗੇ ਕਿਵੇਂ ਨਾ ਆਖੀ ਉਹਨਾਂ ਨੂੰ। ਅੱਛਾ ਅੱਛਾ, ਆਹ ਸਿੱਖਾਂ ਦੀ ਨਨਕਾਣਾ ਸਾਰਾ, ਸਿੱਖਾਂ ਦਾ ਜ਼ਮੀਨ ਤੇ ਖਾਣ ਲਈ ਗੌਰਮੈਂਟ, ਤੇ ਮੈਂ ਜੂ ਮੈਂ ਤੂੰ ਜਿਹੜਾ ਬਾਹਨੇ ਆ, ਅਸੀਂ ਉਹਨਾਂ ਦਿੰਦੇ ਕੱਖ ਨਹੀਂ, ਚੌਥਾ ਪੰਜਵਾਂ ਹਿੱਸਾ ਦਿੰਦੇ ਆ। ਉਂਝ ਸ਼ਾਦੀਆਂ ਦੇ ਕੋਈ ਸੱਦ ਕੇ ਨਿਉਂਦਰਾ ਭਾਜੀ ਜਾਂ ਮੈਂ ਵੀ ਕੋਈ ਨਹੀਂ, ਨਿਉਂਦਰਾ ਨੁੰਦਰਾ ਜਾਂ ਮੈਂ ਕੋਈ ਉਂਝ ਮਜ਼ਾਕ ਕਰ ਦਿੰਦੇ ਹਾਂ, ਉਂਝ ਨਹੀਂ ਉਂਝ ਸੱਦਣਾ ਨਹੀਂ, ਤੇ ਫਿਰ ਨਿਉਂਦਰਾ ਭਾਜੀ ਉਹਨਾਂ ਦਾ ਲਗਾ ਦੇ। ਉਂਝ ਹੀ ਸੁੱਕਾ ਪੈਸੇ ਪੂਸੇ ਦੇ ਦਿੰਦੇ ਆ, ਚੱਲ ਮਾੜੀ ਧੀ ਧਿਆਣੀ, ਹਾਂ ਧੀ ਧਿਆਣੀ ਆ ਦੇ ਦਿਓ, ਤੇ ਰੋਜ਼ਿਆਂ ਦੇ ਮੈਂ ਘੱਲਦੇ ਹਾਂ ਸੱਜਣ, ਤੇ ਰੋਜ਼ੇ ਰੱਖੋ। ਅੱਛਾ ਜੀ, ਹਾਂ ਸਿੱਖ ਹੋ ਕੇ ਮੁਸਲਮਾਨ ਨੂੰ ਰੋਜ਼ੇ ਰੱਖੋ, ਰੋਜ਼ੇ ਆਉਂਦੇ ਹਾਂ ਤੇ ਆਉਂਦੇ ਹਾਂ ਰੋਜ਼ੇ ਰੱਖੋ, ਤੇ ਲੋ ਸੜਕ ਮਾਰ ਮਾ ਜ ਲੈ ਜੋ ਸਾਡੇ ਕੋ। ਅੱਛਾ ਜੀ, ਜਿਹਦੇ ਅਲ ਨਹੀਂ ਲਿਆਦਾ ਉਹਨੂੰ ਮੈਂ ਦਿੰਦੇ ਆਉਂਦੇ ਰੋਜ਼ੇ ਰੱਖੋ। ਵਾਹ ਜੀ, ਉਂਝ ਵਰਤਨ ਵਾਲੀਆਂ ਚੀਜ਼ਾਂ ਇੱਕ ਨਾਲ ਹੈ ਸੀ, ਕਿ ਹਲ ਪੰਜਾ ਲੈ ਲੈ ਕੇ ਕੋ ਟਕਾ ਲੈ ਆਂਦਾ ਜੀ, ਕੋ ਚਾਹੀਦਾ ਜੀ, ਐਵੇਂ ਦਾ ਸੀ, ਇੰਦੀ ਦਾ ਐਵੇਂ ਦਾ ਲੈਣ ਦੇ ਨਾ ਸੀ, ਸਿੱਖਾਂ ਨਾਲ ਲੈਣ ਦੇ ਨਾ, ਉਹ ਮੁਸਲਮਾਨਾਂ ਕੋਲ ਲੈ ਲੈਂਦੇ ਹਾਂ, ਸਿੱਖਾਂ ਕੋਲ ਲੈ ਲੈਂਦੇ। ਹਾਂ ਜੀ, ਅੱਛਾ ਅੱਛਾ, ਲੈਣ ਦੇਣ ਬੜਾ। ਅੱਛਾ ਅੱਛਾ, ਮਾਲ ਡੰਗਰ ਬੜਾ ਬੜਾ। ਅੱਛਾ ਅੱਛਾ, ਸਾਡੇ ਕੋਲ ਬੜਾ ਸੀ, ਉਹਨਾਂ ਕੋਲ ਬੜਾ। ਤੇ ਫਿਰ ਜਿਹਦੇ ਕੋਲ ਨਹੀਂ ਸੀ ਦਿਆਰਾ ਆਉਂਦਾ, ਤੁਹਾਨੂੰ ਦੱਸਿਆ ਰੋਜ਼ੀਆ ਜੋ ਮੈਂ ਦਿੰਦੇ ਹਾਂ, ਤੇ ਆਹ ਤੇਰੇ ਵਾਲ ਦਿਆਰਾ ਕੋਲ ਨਹੀਂ। ਅੱਛਾ ਬਾਬਾ ਜੀ, ਤੁਸੀਂ ਇਹ ਵੀ ਦੱਸਿਆ ਤੇ ਉਹ ਆਪ ਇਹਤਰਾਮ ਕਰਦੇ ਹਾਂ ਰੋਜ਼ਿਆਂ ਦਾ, ਤੇ ਸਾਡੇ ਮੁਸਲਮਾਨ ਸਾਹਮਣੇ ਰੋਜ਼ਿਆਂ ਵਿੱਚ ਰੋਟੀ ਰੋਟੀ ਖਾਂਦੇ ਹਾਂ, ਬਾਹਰ ਪੈਲੀਆਂ 'ਚ ਕਿ ਨਹੀਂ, ਤੇ ਕਰਦੇ ਹਾਂ ਇਹਤਰਾਮ? ਨਹੀਂ ਨਹੀਂ, ਉਹ ਬਾਹਰ ਖਾਂਦੇ ਪੀਂਦੇ ਆਪਣੇ ਘਰਾਂ 'ਚ ਖਾਂਦੇ ਸਾਡੇ ਨਾਲ ਛੇੜਾ ਬਾਬਾ ਜੀ, ਆਟਾ ਉਟਾ ਕਿੱਥੋਂ ਪਿਆਉਂਦੇ ਹੋ, ਕਣਕ ਕੁਣਕ ਜਾਂ ਜੋ ਵੀ ਉਦੋਂ ਮਕਈ? ਖਰਾਸ ਹੁੰਦਾ ਕਿੱਥੇ? ਸਾਡੇ ਡੇਰੇ ਖਰਾਸ ਲੱਗਿਆ। ਕਿਹਦਾ ਸੀ ਖਰਾਸ? ਦੋ ਖਰਾਸ ਲੱਗੇ ਸਾਨੂੰ, ਖੁੱਲੇ ਡੇਰੇ ਵੀ ਖੁੱਲੇ ਡੇਰੇ। ਅੱਛਾ, ਕਿੰਨਾ ਦੇ ਹੈ ਖਰਾਸ? ਖਰਾਸ ਸਾਡੇ ਉਹ ਦੂਜੇ ਸਾਨੂੰ ਦੁਆਰ, ਮੁਸਲਮਾਨ ਦੁਆਰ, ਹਾਂ ਉਹਨਾਂ ਦੇ ਮੁਸਲਮਾਨ ਦੁਆਰ ਸਾਡੇ। ਅੱਛਾ ਅੱਛਾ, ਉਹਨਾਂ ਦਾ ਜਦੋਂ ਸੰਭਾਲ ਕੀਤੀ ਸੀ ਇੱਥੇ ਡੇਰਾ ਬਣਿਆ ਨਾ, ਉਦੋਂ ਉਹਨਾਂ ਦਾ ਆਏ ਨੇ ਖਰਾਸ ਲੱਗੇ ਜਾਊਗੇ, ਲਾਣੇ ਪੀਂਦੇ ਸਨ, ਬਲਨ ਬਲਨ ਵੇਖੇ ਨੀ? ਆਹੋ, ਟੱਗੇ 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 ਜਾਊਗੇ, ਫਿਰ ਲਾਣੇ ਪੀਂਦੇ ਸਨ। ਅੱਛਾ ਅੱਛਾ, ਸਿੱਖ ਵੀ ਉੱਥੇ ਪੀਂਦੇ ਹਨ? ਸਿੱਖ ਉੱਥੇ ਇਹਨਾਂ ਨੇ ਇਹਨਾਂ ਫਿਚੇਚੀ ਚੱਪੀਆਂ ਲਾ ਲਈਆਂ, ਕੰਗ ਬੜਾ ਪਿੰਡ ਵੱਡਾ, ਕੰਗ ਪਿੰਡ ਵੀ ਇਹਨਾਂ ਤੋਂ ਬੜਾ ਹੀ ਵੱਡਾ ਸੀ, ਉੱਥੇ ਇਹਨਾਂ ਚੱਪੀਆਂ ਲਾ ਲਈਆਂ। ਅੱਛਾ ਅੱਛਾ, ਇਹ ਸਾਡੇ ਦੋਵਾਂ ਡੇਰਾ, ਪੁਰਲੇ ਡੇਰੇ ਵੀ ਖਰਾਸ, ਪਰਵੇ ਡੇਰੇ ਵੀ ਖਰਾਸ, ਮੁਸਲਮਾਨਾਂ ਦੇ ਹਨ ਖਰਾਸ ਸਾਡੇ, ਤੁਹਾਡੇ ਖਰਾਸ ਆਪਣੇ ਹਾਂ, ਰਾਈਆਂ ਦਾ ਤੇ ਕਿੰਨਾ ਦਾ ਹੋ, ਲਵਾਰਾਂ ਦਾ? ਇਹ ਨਹੀਂ ਨਹੀਂ, ਦਵਾਰਾਂ ਦੇ। ਅੱਛਾ, ਲਵਾਰਾਂ ਦਵਾਰ ਸਾਡੇ ਕੰਮ ਕਰਦੇ ਹਨ, ਡੰਡੇ ਡੁੰਡੇ ਕੱਢਦੇ ਹਨ, ਦਾਤਰੀਆਂ ਦਰੀਆਂ ਕੋ ਕੁੱਟ ਕੇ ਦਿੰਦੇ ਹਨ, ਹਾਲ ਪੰਜਾਲੇ ਵੀ ਉਹ ਤਿਆਰ ਕਰਦੇ ਹਨ, ਪੰਜਾਲੀ ਸਾਗੀ ਉਹ ਤਿਆਰ ਕਰਦੇ, ਜਿਹੜੇ ਤੁਹਾਡੇ ਕੰਮ ਕਰਦੇ ਹਨ ਸਿੱਖਾਂ ਦਾ ਵੀ? ਨਹੀਂ, ਸਾਡਾ ਸਿੱਖ ਕਿਤੇ ਕੋ ਕਰਵਾਉਂਦੇ ਹਨ ਦਾਤਰੀਆਂ? ਸਿੱਖ ਬਾਈ ਬੂਈ ਕੋਈ ਨਹੀਂ ਹਨ ਕਰਦੇ,
ਨਿਕਲੇ ਨੇ 47 ਦਾ ਟਾਈਮ ਆਇਆ, ਅਜਾੜੇ ਪਏ ਇਧਰੋਂ ਸਿੱਖ ਉੱਠ ਕੇ ਗਏ ਉਧਰ, ਫਿਰ ਕਿਵੇਂ ਕਿਵੇਂ ਪਿੰਡੋਂ ਨਿਕਲੇ, ਕਿਹੜਾ ਟਾਈਮ ਚ ਕੀ ਕੁਝ ਹੋਇਆ, ਪਿੰਡ ਚ ਮਾਰ ਕੁਟਾਈ ਹੋਈ ਕਿ ਨਹੀਂ? ਨਹੀਂ, ਸਾਡੇ ਡੇਰਿਓ ਡੰਡੀ ਸੀ ਇੱਥੇ ਜਾਣ ਦੀ ਫਿਰੁਖਾਬਾਦ। ਅੱਛਾ, ਇੱਥੋਂ ਨਾ ਕਿ ਉਹ ਪੂਰੇ ਪੂਰੇ ਜੀ ਅੱਛਾ, ਅਸੀਂ ਡਰਦੇ ਬਾਹਰ ਨਿਕਲ ਜਾਂਦੇ ਹਾਂ, ਉਹਨਾਂ ਨੂੰ ਅਸੀਂ ਰਾਹ ਦੇ ਦੇ, ਅਸੀਂ ਉੱਧਰ ਹੋ ਗਏ ਹਾਂ, ਉਹ ਇੱਥੋਂ ਲੰਘਦੇ ਜਾਂਦੇ ਉਹ ਨਾਲ ਹੋ ਗਏ ਰਹਿ ਗਿਆ। ਅੱਛਾ, ਉਹਨਾਂ ਆਪਣੇ ਜਦੋਂ ਪਿੰਡੋਂ ਨਿਕਲੇ ਨੇ, ਤੁਹਾਨੂੰ ਇਹ ਪਤਾ ਕਿੰਨੇ ਟਾਈਮ ਤੁਹਾਡੇ ਪਿੰਡ ਵਾਲੇ ਜਿਹੜੇ ਤੁਹਾਡੇ ਡੇਰੇ ਵਾਲੇ, ਉਹ ਕਿਸ ਕਿਸ ਟਾਈਮ ਰਾਤ ਗਏ, ਚੋਰੀ ਜਾਂਦੇ ਨੇ ਗਏ? ਨਹੀਂ, ਚੋਰੀ ਨਹੀਂ ਗਿਆ, ਚੋਰੀ ਇਹ ਗਿਆ ਤੇ ਖਤਮ। ਇਹ ਬਦਤਮੀਜ਼ੀ ਕਰਦਾ ਹੁੰਦਾ, ਇਹ ਚੋਰੀ ਗਿਆ ਸੀ ਤੁਹਾਡੇ ਦੇ ਦਿਓ। ਅੱਛਾ ਅੱਛਾ, ਇਹ ਰਾਤ ਆ ਗੇੜ ਇੱਥੇ ਲਗਾਰ ਹੈ, ਇੱਥੇ ਆ ਗੇੜ ਦੇ ਆ ਘਰ ਹੈ, ਇਹ ਖੜੀ ਕੋਈ ਸ਼ਹਿ ਨਹੀਂ। ਅੱਛਾ ਅੱਛਾ, ਮਾਲ ਡਗਰ ਉੱਥੇ ਹੀ ਬੱਜਾ ਸਾਰਾ ਕੁਝ, ਇੰਜ ਛੱਡ ਗਏ ਇੱਥੇ ਘਰੇ, ਛੱਡ ਕੇ ਘਰ ਹੋ ਗਏ। ਅੱਛਾ ਬਾਬਾ, ਜਦੋਂ ਗਏ ਨੇ, ਚਲ ਤੁਹਾਡੇ ਤੁਸੀਂ ਉਹਨਾਂ ਦਾ ਕੰਮ ਕਰਦੇ ਸੋ, ਤੁਸੀਂ ਪੈਲੀਆਂ ਮੰਨਦੇ ਹੋ ਦੀਆਂ ਸਿੱਖ ਦੀ ਜਿਹੜਾ ਦੱਸਿਆ, ਉਹਨੇ ਜਾਣ ਲੱਗੇ ਕਿ ਤੁਹਾਨੂੰ ਡੰਗਰ ਮਾਲ ਕੋਈ ਆਪਣਾ ਜਿਹੜਾ ਮਾਲ ਡੰਗਰ ਤੁਹਾਨੂੰ ਕਿਹਾ ਰੱਖ ਲਓ, ਮਾਲ ਡੰਗਰ ਦਾਣੇ ਸਾਨੂੰ ਦੇ ਗਏ, ਡੰਗਰ ਬੜੇ ਦੇ ਗਏ ਵੀ ਰੱਖੋ। ਹਾਂ, ਅੱਛਾ, ਉਹਨਾਂ ਦੇ ਜ਼ਿਹਨ ਚ ਕੀ ਸੀ ਕਿ ਅਸੀਂ ਆ ਜਾਣਾ ਇੱਕ ਦੋ ਦਿਨ ਬਾਅਦ? ਉਹ ਆਂਦੇ ਹਨ ਸਾਡੀਆਂ ਪਟਾਲ ਜਿਹੜਾ ਨੇ, ਅੱਛਾ ਆ ਜਾਣਾ ਸਾਨੂੰ ਨੂੰ ਉਠਾ ਸਕਦਾ, ਇੱਥੇ ਆਉਣਾ ਫਿਰ ਤੁਹਾਨੂੰ ਵੀ ਆਣ ਕੇ ਲੈ ਲਾਂਗੇ। ਹਾਂਜੀ, ਆਣ ਕੇ ਲੈ ਲਾਂਗੇ। ਅੱਛਾ ਅੱਛਾ, ਤੇ ਵੀ ਅੱਛਾ ਅੱਛਾ, ਆਣ ਕੇ ਲੈ ਲਾਂਗੇ। ਅੱਛਾ, ਸਾਰਾ ਹਵਾਲਾ ਤੁਹਾਡੇ ਘਰ ਆਉਂਦੇ ਆ, ਸਾਡੇ ਪਤਾਲ ਜਿਹੜਾ ਨੇ ਅਸੀਂ ਦਿਲਾਂਗੇ, ਮਾਲ ਡੰਗਰ ਬੰਨ ਕੇ ਕਣਕਾਂ ਸੁੱਟ ਕੇ ਬੜਾ ਕੋਈ ਦੇ ਗਏ ਸਾਨੂੰ। ਉਹ ਅਸਾਂ ਖਾਧਾ, ਅਸਾਂ ਲੋਟ ਪਲੋਟ ਅਜੇ ਨਹੀਂ ਕੀਤਾ, ਜਿਹੜਾ ਖੁਦ ਉਹਨਾਂ ਦਿੱਤਾ ਉਹ ਖਾ ਲਿਆ, ਦੂਜਾ ਨਹੀਂ ਅਸਾਂ ਇੰਨੀ ਜ਼ਹਿਰ ਨਹੀਂ ਛੇੜੀ। ਤੁਹਾਡੇ ਪਿੰਡ ਕੋਈ ਕਿਸੇ ਦਾ ਵੜ ਘਟਾਇਆ ਨਹੀਂ ਹੋਇਆ? ਨਾ ਨਾ, ਮੁਸਲਮਾਨ ਦਾ ਨੁਕਸਾਨ ਹੋਇਆ ਉਹਨਾਂ ਦਾ? ਹਾਂ, ਘਰਾਂ ਨੂੰ ਅੱਗ ਲੱਗੀ ਹੋਈ ਕੋਈ ਨਹੀਂ, ਕੋਈ ਨੁਕਸਾਨ ਹੋਇਆ? ਬਿਲਕੁਲ ਕੋਈ, ਉਹ ਮਸੀਤ ਨੂੰ ਵੀ ਉਹਨਾਂ ਕੀਤਾ ਨੁਕਸਾਨ? ਕੋਈ ਛਿੱਦਾ ਉਹਨਾਂ ਵੀ ਨਹੀਂ ਕੀਤਾ, ਤੁਸਾਂ ਵੀ ਨਹੀਂ ਕੀਤਾ? ਹਾਂ, ਨਾਲ ਦੇ ਪਿੰਡਾਂ 'ਚ ਲੱਗਾ ਹੋਇਆ ਜਿਹੜੇ ਪਿੰਡ ਮੇਰੀ ਸੰਭਾਲ 'ਚ ਕਿਸੇ ਪਿੰਡਾਂ 'ਚ ਨਹੀਂ ਕੁਛ ਹੋਇਆ, ਤੁਹਾਡੇ ਨਾਲ ਦੇ ਪਿੰਡਾਂ 'ਚ ਕੁਛ ਨਹੀਂ ਹੋਇਆ? ਹਾਂ, ਅੱਛਾ ਬਾਬਾ ਜੀ, ਚਾਰ ਸਵੇਰੇ ਪਿੰਡ ਸਨ ਦੇਦਾ ਹੈ, ਉਹਨਾਂ 'ਚ ਕੁਛ ਨਹੀਂ ਹੋਇਆ, ਜੇ ਚੋਟੀ ਬੀ ਕੋਨੇ ਦਾ ਕਿਲਾ, ਸੇਠਾਂ ਦਾ ਕੋਟ, ਵਰਕੂ ਠੱਟਾ, ਅੱਗੇ ਨੰਗੋਵਾਲ, ਇਹ ਸਾਰੇ ਗੱਲ, ਕੋਈ ਇੰਨਾ ਨੁਕਸਾਨ ਨਹੀਂ ਹੋਇਆ। ਤੇ ਬਾਬਾ ਜਿਹੜੇ ਜਿੱਥੇ ਨਾ ਕਿ ਤੁਹਾਡੇ ਪਿੰਡ ਤੇ ਗਏ ਨੇ, ਜਿੰਨਾ ਤੁਸੀਂ ਪੈਲੀ ਬੰਨਦੇ ਸੋ, ਉਹਨਾਂ ਨਾਲ ਰਾਬਤਾ ਹੋਇਆ ਜਾਂ ਤੁਹਾਡੇ ਪਿੰਡ ਆਏ ਹੁਣ ਵੇਖਣ ਵਾਸਤੇ ਆਇਆ ਕੋਈ ਉਹਨਾਂ? ਨਹੀਂ ਨਹੀਂ, ਉਹਨਾਂ ਦਾ ਅਸੀਂ ਤੁਹਾਨੂੰ ਪਤਾ ਨਹੀਂ ਕਿੱਧਰ ਨਹੀਂ ਚਲੇ ਗਏ ਇਹ ਨਹੀਂ, ਇਹ ਜਿਹੜੇ ਜਦੋਂ ਇੰਡੀਆ ਚਲੇ ਗਏ ਨੇ 47 ਤੋਂ ਬਾਅਦ ਦੀ ਗੱਲ ਕਰਨਾ, ਕਿ ਬਾਅਦ ਚ ਫਿਰ ਤੁਹਾਡੇ ਜਿੰਨੇ ਤੁਸੀਂ ਪੈਲੀ ਬੰਨਦੇ ਹੋ, ਕੀ ਸੀ ਉਹਦਾ ਨਾਮ ਸਿੱਖ ਦਾ? ਜਗਨ ਸਿੰਘ। ਜਗਨ ਸਿੰਘ, ਮੈਂ ਉਹਦੀ ਗੱਲ ਕਰਨਾ, ਉਹ ਖੁਦ ਜਾਂ ਉਹਦੀ ਇਹ ਔਲਾਦ ਤੁਹਾਨੂੰ ਮਿਲਣ ਆਈ ਪਿੰਡ ਇੱਥੇ? ਨਹੀਂ, ਹਜੇ ਤੱਕ ਉਹ ਨਹੀਂ ਆਏ? ਨਾ। ਅੱਛਾ ਅੱਛਾ, ਬਿਲਕੁਲ ਨਹੀਂ ਆਏ। ਕਦੀ ਫੋਨ ਤੇ ਰਾਬਤਾ ਹੋਇਆ ਉਹਨਾਂ? ਨਾ, ਕੋਈ ਰਾਬਤਾ ਵੀ ਨਹੀਂ ਹੋਇਆ। ਪਤਾ ਹੈ ਕਿ ਉਹ
ਮੈਂ ਕਿਹਾ ਹੋ ਸਕਦਾ ਕੋਈ ਆਪਣਾ ਪਿੰਡ ਵੇਖਣ ਆਇਆ ਕੋਈ ਜੀ ਨਹੀਂ ਆਇਆ ਕੋਈ ਜੀ ਨਹੀਂ ਆਇਆ ਕੋਈ ਜੀ ਨਹੀਂ ਆਇਆ ਨਾ ਬਿਲਕੁਲ ਅੱਛਾ ਅੱਛਾ ਮੇਰੇ ਸਾਡੇ ਵਾਕਫ ਦਾ ਸਾਡੇ ਮੈਂ ਤੇ ਛੋਟਾ ਹਾਂ ਤੇਰੇ ਵੱਡਿਆਂ ਦੇ ਸਾਰੇ ਵਾਕਫ ਹਾਂ ਤੇ ਕੋਈ ਆਇਆ ਹੀ ਇਹ ਉਹਨਾਂ ਨੇ ਰਿਸ਼ਤੇ ਸੀ ਤੇ ਸਾਡੇ ਪਤਾਲ ਜਿਹੜਾ ਨੇ ਅਸਾਂ ਆ ਜਾਣਾ ਅੱਛਾ ਬਾਬਾ ਜੀ ਦਾ ਵੀਡੀਓ ਵੇਖ ਕੇ ਅਗਰ ਉਹਨਾਂ ਕੋਲ ਪਹੁੰਚ ਜਾਂਦੀ ਜਿਹੜੇ ਤੁਹਾਡੇ ਪਿੰਡੋਂ ਗਏ ਨੇ ਫਿਰ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਜੇ ਆਉਣਾ ਚਾਹੇ ਆਪਣਾ ਪਿੰਡ ਵੇਖਣ ਹਾਂ ਤੇ ਫਿਰ ਮਿਲਾਂਗੇ ਆ ਜਿਹੜੇ ਕੰਗ ਨੇ ਨਾ ਕੰਗਾ ਜੇ ਆਇਆ ਸਰ ਪਰਮਿਟ ਬਣਾ ਕੇ ਤੇ ਇਹ ਆਉਂਦੇ ਨਾ ਅਸੀਂ ਆਪਣੇ ਘਰ ਵੇਖਣੇ ਨੇ ਉਹ ਮੈਂ ਕਮਰੇ ਮੈਂ ਉਦੋਂ ਸਬਜ਼ੀ ਵੇਚਦਾ ਹੁੰਦਾ ਹਾਂ ਮਾਰਪਿੰਡਾਂ 'ਚ ਮੈਂ ਹਾਂ ਕਮਰੇ ਉਹ ਸੌ ਸੌ ਤੁਹਾਡੇ ਪਨਾਹਗੀਰ ਮੈਂ ਬੜੇ ਪਨਾਹਗੀਰ ਆਉਂਦੇ ਹਾਂ ਇਹਨਾਂ ਨੂੰ ਜਿਹੜੇ ਤੋਂ ਮਾਜਰ ਹੈ ਤੁਸੀਂ ਪਨਾਹਗੀਰ ਆਉਂਦੇ ਪਨਾਹਗੀਰ ਆਉਂਦੇ ਹਾਂ ਅੱਛਾ ਮੈਂ ਸੌ ਸੌ ਘਰ ਤੁਹਾਡੇ ਇੱਕ ਘਰ 'ਚ ਸੌ ਸੌ ਜੀ ਬੜੇ ਆ ਤੁਸੀਂ ਕੀ ਵੇਖਣਾ ਅੱਛਾ ਬਾਬਾ ਜੀ ਤੁਸੀਂ ਕਿਹਾ ਕਿ ਇੱਕ ਘਰ ਸੌ ਸੌ ਬੜੇ ਉਹਨਾਂ ਦੇ ਘਰ ਚੰਗੇ ਬੜੇ ਤਗੜੇ ਸੀ ਸਿੱਖਾਂ ਦੇ ਉਹ ਬੜੇ ਬੜੇ ਵੱਡੇ ਘਰ ਸਨ ਉਹਨਾਂ ਦੇ ਅੱਛਾ ਜੀ ਪੱਕੇ ਹੁੰਦੇ ਪੱਕੇ ਮਕਾਨ ਪੱਕੇ ਮਕਾਨ ਉਦੋਂ ਹੀ ਮੀਰ ਤਰੀਨ ਸਨ ਸੌ ਮੀਰ ਤਰੀਨ ਜ਼ਮੀਨਾਂ ਉਹਨਾਂ ਦੀ ਹੈ ਸਨ ਅੱਛਾ ਸਾਡੀ ਕੋਈ ਨਹੀਂ ਜ਼ਮੀਨ ਉਹਨਾਂ ਦੀ ਜ਼ਮੀਨਾਂ ਹਨ ਚੰਗੇ ਤਗੜੇ ਸਨ ਉਹਨਾਂ ਦੇ ਮਾਲਕ ਹੀ ਆ ਸਨ ਤੇ ਵੱਡੇ ਵੱਡੇ ਘਰ ਬਣਾਏ ਸਨ ਉਹਨਾਂ ਚਬਾਰੇ ਉਸ ਟਾਈਮ ਹਾਂਜੀ ਉਦੋਂ 70 ਸਾਲ ਪਹਿਲਾਂ ਚਬਾਰਿਆਂ ਦਾ ਰਿਵਾਜ ਸੀ ਹਾਂਜੀ ਪੱਕੇ ਚਬਾਰੇ ਉਹ ਬਾਬਾ ਜੀ ਵੇਖੋ ਜੀ ਜ਼ਮੀਨਾਂ ਉਹਨਾਂ ਦੀਆਂ ਵਿੱਚ ਉਹਨਾਂ ਦਾ ਵਿੱਚ ਸਾਡੇ ਕੋਲ ਉਹਨਾਂ ਖੜਨਾ ਅਸੀਂ ਬਾਂਧੇ ਸਾਂ ਕਣਕਾਂ ਬੜੀਆਂ ਕਮਾਦ ਬੜੇ ਗੁੜ ਸ਼ੱਕਰਾਂ ਮਕਈਆਂ ਛੱਡੀਆਂ ਕਾਹ ਬੀਜਣੀ ਕਾਵਾਂ ਵਡਾਣੀਆਂ ਉਹਨਾਂ ਸਾਰਾ ਕੁਝ ਇਹ ਖੱਤਰੀ ਟੇਕ ਜਿਹੜਾ ਵੱਧਦਾ ਹੁੰਦਾ ਸੀ ਇੰਨੀ ਇੰਨੀ ਸ਼ਹਿਰ ਵੰਡਦਾ ਸੀ ਪੰਜ ਦੋ ਜੀ ਹਿੱਸਾ ਹੁੰਦਾ ਸੀ ਚਾਰ ਸਾਡੇ ਪੰਜਵਾਂ ਉਹਨਾਂ ਦਾ ਆਵੇ ਕੋ ਇੱਕ ਦੋ ਤਿੰਨ ਚਾਰ ਪੰਜਵਾਂ ਉਹਨਾਂ ਦਾ ਪੰਜ ਦੋ ਜੀ ਆਉਂਦੇ ਹੁੰਦੇ ਸਾਨੂੰ ਮੈਨੂੰ ਬੜੀ ਧਮਾਲ ਹੈ ਬਾਬਾ ਜੀ ਟਾਈਮ ਉਹ ਸਾਡਾ ਸਹੀ ਸੀ ਕਿ ਹੁਣ ਵਾਲਾ ਸਹੀ ਉਹ ਬੜਾ ਸਹੀ ਸੀ ਹੁਣ ਕਿਵੇਂ ਕਰਕੇ ਥੋੜ੍ਹਾ ਦੱਸੋ ਨਾ ਵੀ ਹੁਣ ਕੀ ਆ ਗਿਆ ਜ਼ਮਾਨੇ 'ਚ ਉਦੋਂ ਜ਼ਮਾਨਾ ਕਿਵੇਂ ਦਾ ਹੁਣ ਤੇ ਧੱਕੇ ਨੇ ਵੇਖੋ ਜੀ ਛਾਤੀ ਕਰਾਈ ਧੀਆਂ ਪੁੱਤਰ ਬਹਿ ਨੇ ਤੈਨੂੰ ਆ ਮੈਨੂੰ ਪਸੰਦ ਨਹੀਂ ਕਰਦੀਆਂ ਵੇਖਣ ਰੋਟੀ ਦੇਣੀ ਸੜ ਬਣ ਕੇ ਤੇ ਚਾਹ ਦੇਣੀ ਵੀ ਆਖਣਾ ਤੇ ਦੇਣੀ ਘੁੱਟ ਬਣਾ ਕੇ ਨਹੀਂ ਦਿੰਦੀ ਇਹ ਘਰ ਘਰ ਇਹੋ ਜੀ ਬਾਬਾ ਜੀ ਇਹ ਕੁਝ ਜਿਵੇਂ ਹੁਣ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ ਬਜ਼ੁਰਗਾਂ ਤੁਹਾਡੀ ਮੈਂ ਗੱਲ ਕਰਨਾ ਤੁਹਾਡੇ ਤੋਂ ਤੇਰੀ ਇਕੱਲੇ ਦੀ ਮੁਰਾਦ ਨਹੀਂ ਜਿੰਨੇ ਵੀ ਤੁਸੀਂ ਬਜ਼ੁਰਗ ਜੇ ਵਡੇਰੇ ਜਿਵੇਂ ਹੁਣ ਅਸੀਂ ਤੁਹਾਡਾ ਕਰ ਰਹੇ ਹਾਂ ਅਸੀਂ ਜਿੰਨਾ ਕੁ ਕਰਨਾ ਤੁਹਾਨੂੰ ਪਤਾ ਹੀ ਹੈ ਹਾਂਜੀ ਤੁਸੀਂ ਵੀ ਐਵੇਂ ਹੀ ਵੱਡਿਆਂ ਦਾ ਕਰਦੇ ਜ਼ਿਆਦਾ ਕਰਦੇ ਹੋ ਸਾਡੇ ਨਾਲ ਉਦੋਂ ਮੇਰਾ ਮਾਂ ਪਿਓ ਬੁੱਢਾ ਹੋ ਕੇ ਫੌਤ ਹੋਇਆ ਮੈਂ ਮੇਰੇ ਤੇ ਬੜੀ ਜਵਾਨੀ ਸੀ ਅੱਛਾ ਮੈਂ ਮਾਂ ਪਿਓ ਨੂੰ ਅਸੀਂ ਪੰਜ ਭਾਈ ਹਾਂ ਮੈਂ ਦੂਜਿਆਂ ਨਹੀਂ ਸਾਂਭੇ ਮੈਂ ਸਾਂਭੇ ਇਹਨਾਂ ਫੁੱਲ ਖਿਦਮਤ ਕੀਤੀ ਮਾਂ ਪਿਓ ਜੀ ਮਾਂ ਪਿਓ ਦੀ ਫੁੱਲ ਖਿਦਮਤ ਕੀਤੀ ਹੈ ਮੇਰਾ ਟੱਬਰ ਮਰ ਗਿਆ ਸੀ ਪਹਿਲਾਂ ਤੇ ਫਿਰ ਮੈਂ ਮਾਂ ਆਪਣੀ ਤੇ ਬੀਬੀ ਲਾਈ ਸੀ ਮੈਂ ਫਿਰ ਹੀ ਕਰਦਾ ਮੈਂ ਉਹਨੂੰ ਆਖਿਆ ਤੈਨੂੰ ਦਾਣੇ ਵੀ ਦਾਂ ਕਰਾਂਗਾ ਪੈਸਾ ਵੀ ਮੇਰੀ ਮਾਂ ਦਾ ਸਿਰ ਧੋਣਾ ਹੀ ਸਿਰ ਵੇਚਣਾ ਹੀ ਮੈਂ ਇਹਨੂੰ ਅੱਗੇ ਪਿੱਛੇ ਕਰਨਾ ਹੀ ਉਹਦੀ ਲੱਤ ਇੱਥੋਂ ਲੈ ਗਈ ਸੀ ਅੱਛਾ ਅੱਛਾ ਇੱਥੇ ਜਿੰਨਾ ਭਰ ਗਈ ਸੌਦਾ ਬੈਗ ਤੇ ਲੱਤ ਇੱਥੋਂ ਟੁੱਟ ਗਈ ਤੇ ਮੈਂ ਬੜੀ ਥਾਈ ਚੁੱਕ ਕੇ ਖੜੀ ਸੀ ਬੂਰੇ ਵਾਲੇ ਮੈਂ ਖੜੀ ਸੀ ਉੱਥੇ ਮੈਨੂੰ ਦੱਸ ਪਏ ਸੀ ਬੰਦਾ ਬਣਾਉਂਦਾ ਲੱਤ ਉਹ ਵਿਚਾਰਾ ਬੁੱਢਾ ਹੋ ਗਿਆ ਬੜਾ ਜੀ
ਉੱਥੇ ਮੈਂ 20-40 ਸਾਲ ਬਾਈ ਕਰ ਰਿਹਾ ਬੂਰਾ ਬੱਡੀ ਮਾਣਾ ਮੋੜ 293 ਚੱਕ ਬਾਬਾ ਘਾਟ ਸਨ ਤੇ ਐਡੀ ਐਡੀ ਗੜੀ ਤੇ ਜਿਹੜਾ ਸਟੇਡੀਅਮ ਜਿੱਥੇ ਸਟੇਡੀਅਮ ਹਾਂਜੀ ਇਹਦੇ ਨਾਲ ਵੀ ਬੜੀਆਂ ਪੁਰਾਣੀਆਂ ਇਮਾਰਤਾਂ ਨੇ ਉੱਥੇ ਕੀ ਸੀ ਇਹ ਨਿੱਕਾ 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 ਜਿਹਾ ਬਾਜ਼ਾਰ ਸੀ ਹਾਂਜੀ ਡੰਡੇ ਚੱਲਦੇ ਦਾ ਇਹਦੇ ਨਾਲ ਇਮਾਰਤਾਂ ਬਣੀਆਂ ਹਨ ਨਿੱਕੀਆਂ ਨਿੱਕੀਆਂ ਉਹ ਵੀ ਇਹਨਾਂ ਦੀ ਸਿੱਖਾਂ ਦੀਆਂ ਅੱਛਾ ਤੇ ਹਿੰਦੂਆਂ ਦੀਆਂ ਇਹਨਾਂ ਦੇ ਘਰ ਬਣੇ ਸਨ ਦੋ ਦੋ ਤਿੰਨ ਤਿੰਨ ਚਾਰ ਚਾਰ ਮਜਲੇ ਪੱਕੇ ਸਨ ਉਦੋਂ ਹੀ ਅਜੇ ਵੀ ਬੜੇ ਬਿਹਤਰੀਨ ਨੇ ਹੁਣ ਬਿਹਤਰੀਨ ਨੇ ਹੁਣ ਕੌਣ ਵੜਿਆ ਇਹਦੇ ਵਿੱਚ ਮਕਾਨ ਦੇਖੋ ਜੀ ਨੀ ਕਰਦਾ ਅੱਛਾ ਬਾਬਾ ਜੀ ਸ਼ੇਖਪੁਰੇ ਦਾ ਨਾਂ ਦੱਸ ਦਿਨ ਪਹਿਲਾਂ ਹੋਰ ਸੀ ਸ਼ੇਖੂ ਸਿੱਖੋ ਮੁਸਲਮਾਨ ਵੀ ਹੋਏ ਨੇ ਜੋ ਵਿਰਕੇ ਜੋ ਸਾਡੇ ਬੁਆ ਚ ਵਿਰਕੇ ਨਾ ਇਹ ਸਿੱਖੋ ਮੁਸਲਮਾਨ ਹੋ ਗਏ ਪਹਿਲੋਂ ਦੇ ਅੱਛਾ ਅੱਛਾ ਤੁਸੀਂ ਦੱਸੋ ਸਾਡੇ ਪਿੰਡ ਘੰਗ ਚ ਬੜੇ ਹੋਏ ਨੇ ਮੁਸਲਮਾਨ ਬੋਰਡੇ ਉਹ ਕੌਣ ਨੇ ਹੁਣ ਜਿਹੜੇ ਇੱਥੇ ਰਹਿ ਰਹੇ ਉਹਨਾਂ ਜਾਤ ਕਿਹੜੀ ਸਾਡੇ ਮੁਸਲਮਾਨਾਂ ਨੂੰ ਅੰਗਰੇਜ਼ ਦਿੰਦਾ ਇਹ ਪੈਰੀ ਇਹ ਬਲਦੈਨ ਜੋਗ ਇਹਨਾਂ ਦੇ ਇਹ ਰਹਿਣ ਜੋਗ ਇਹਨਾਂ ਅੱਛਾ ਬਾਬਾ ਜੀ ਤੁਸੀਂ ਵੀ ਮੁਸਲਮਾਨ ਮੈਂ ਵੀ ਮੁਸਲਮਾਨ ਥੋੜਾ ਕੁ ਮੈਨੂੰ ਦੱਸਿਆ ਜਿਵੇਂ ਹੁਣ ਅਸੀਂ ਇੱਕ ਦੂਜਾ ਧੋਖਾ ਦਿੰਦੇ ਹਾਂ ਕਰਨੀ ਤਾਂ ਨਹੀਂ ਚਾਹੀਦੀ ਲੇਕਿਨ ਤੁਸੀਂ ਮੈਨੂੰ ਇਹ ਦੱਸੋ ਕਿ ਉਸ ਟਾਈਮ ਆਪਣੇ ਮਾਨਦਾਰ ਨੇ ਦੱਸਣਾ ਅਸੀਂ ਮੁਸਲਮਾਨ ਤੂੰ ਵੀ ਮੁਸਲਮਾਨ ਮੈਂ ਵੀ ਮੁਸਲਮਾਨ 47 ਤੋਂ ਪਹਿਲਾਂ ਅਸੀਂ ਅਕਸਰ ਹੀ ਵੀਡੀਓ ਬਾਬਿਆਂ ਨੂੰ ਪੁੱਛਦੇ ਹਾਂ ਵੱਧ ਜਾਂਦੇ ਰਹਿੰਦੇ ਸਿੱਖ ਬੜੇ ਚੰਗੇ ਮੁਸਲਮਾਨ ਬੜੇ ਚੰਗੇ ਆ ਕਿਵੇਂ ਚੰਗੇ ਆ ਮੈਨੂੰ ਦੱਸੋ ਨਾ ਥੋੜ੍ਹਾ ਕੀ ਸੀ ਉਹਨਾਂ ਵਿੱਚ ਕੋਈ ਚੰਗੇ ਤੁਹਾਨੂੰ ਜ਼ਮੀਨਾਂ ਉਹਨਾਂ ਦੀ ਉਹ ਸਿਰ ਨਹੀਂ ਖਿਲਾਉਂਦੇ ਤੁਹਾਡੇ ਚੰਗੇ ਕਿਉਂ ਨਾ ਫਿਰ ਰੱਖੀਏ ਉਹ ਤੁਹਾਡੇ ਕੋਲ ਹਿੱਸਾ ਜਿਹੜਾ ਉਹ ਅਸੀਂ ਦਿੰਦੇ ਹਾਂ ਉਹਨਾਂ ਭਾਈ ਪਿਓ ਜੀ ਉਹ ਹੀ ਲੈਂਦੇ ਫਿਰ ਉਹ ਚੰਗੇ ਕਿਵੇਂ ਨਾ ਆਖੀ ਉਹਨਾਂ ਨੂੰ ਅੱਛਾ ਅੱਛਾ ਸਿੱਖਾਂ ਦੀ ਨਨਕਾਣਾ ਸਾਰਾ ਸਿੱਖਾਂ ਦਾ ਜ਼ਮੀਨ ਤੇ ਖਾਣ ਡਈ ਗੌਰਮੈਂਟ ਤੇ ਮੈਂ ਜੂ ਮੈਂ ਤੂੰ ਜਿਹੜਾ ਬਾਨੇ ਆ ਅਸੀਂ ਉਹਨਾਂ ਦੇ ਨਹੀਂ ਕੱਖ ਨਹੀਂ ਚੌਥਾ ਪੰਜਵਾਂ ਹਿੱਸਾ ਦਿੰਦੇ ਆ ਚਲੋ ਠੀਕ ਹੈ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ ਵੀਡੀਓ ਬਣ ਗਈ ਵੀਡੀਓ ਹਾਂਜੀ ਹਾਂਜੀ ਨਾਜ਼ਰੀਨ 1947 ਦੇ ਵੇਲੇ ਦੀਆਂ ਮਜ਼ੀਦ ਪਾਰਟੀਆਂ ਸਟੋਰੀਆਂ ਜਿਹੜੀਆਂ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਗਰ ਤੁਸੀਂ ਵੀ ਆਪਣੇ ਵੱਡਿਆਂ ਨਾਲ ਕੋਈ ਪਿੰਡ ਵੇਖਣਾ ਚਾਹੁੰਦੇ ਹੋ ਰਹਿੰਦੇ ਪੰਜਾਬ ਵਾਲਾ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਆਪਣਾ ਜ਼ਿਲ੍ਹਾ ਪਿੰਡ ਦੱਸ ਸਕਦੇ ਹੋ ਤੁਸੀਂ ਜਾ ਕੇ ਵੀਡੀਓ ਬਣਾਵਾਂਗੇ ਅਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਅਕਰਮ ਸਾਹਿਬ ਦੇ ਇਜਾਜ਼ਤ ਰੱਬ ਰੱਖਾ ਜੀ